ਟਰੈਕਟਰ 'ਚ ਕਿਸੇ ਦੀ ਆਤਮਾ ਆ ਗਈ ਹੈ, ਬਿਨਾਂ ਟਰੈਕਟਰ ਤੋਂ ਭੱਜਿਆ ਫਿਰਦਾ। ਇਹ ਪਾਰਟ ਇੱਥੋਂ ਟੁੱਟ ਗਿਆ ਕੜੱਚ ਕਰਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖ ਲਓ ਜੀ, ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਜਸਟ ਹੁਣ ਜੇ ਕੱਲ੍ਹ ਵਾਸਤੇ ਮੈਂ ਇੱਕ ਵੀਡੀਓ ਸ਼ੂਟ ਕੀਤੀ ਹੈ, ਕੱਲ੍ਹ ਵਾਸਤੇ ਮਤਲਬ ਵੀ ਇਸ ਤੋਂ ਵਲੌਗ ਤੋਂ ਪਹਿਲਾਂ ਆਉਣਾ ਇੱਕ ਦਿਨ, ਠੀਕ ਹੈ। ਅਤੇ ਵਲੌਗ ਤਾਂ ਕੋਈ ਹੈ ਨਹੀਂ ਸੀਗਾ, ਇਸ ਕਰਕੇ ਮੈਂ ਵੀਡੀਓ ਸ਼ੂਟ ਕਰ ਲਈ। ਆਪਣੇ ਟਰੈਕਟਰਾਂ ਬਾਰੇ ਗੱਲ ਕੀਤੀ, ਉਹਦੇ 'ਚ ਬਾਕੀ ਵੇਖ ਹੀ ਲਈ ਹੋਊਗੀ ਸਾਰਿਆਂ ਨੇ, ਅਤੇ ਉਵੇਂ ਟਰੈਕਟਰ ਪਏ ਨੇ ਹਜੇ। ਫਿਲਹਾਲ ਆਪਣੇ ਵਲੌਗ ਦਾ ਜਿਹੜਾ ਮੇਨ ਮਿਸ਼ਨ ਹੈ, ਸੁਪਰ ਸੀਡਰ 'ਤੇ ਕੰਮ ਕਰਨਾ, ਠੀਕ ਹੈ। ਜਿੰਨਾ ਵੀ ਕੰਮ ਹੋਊਗਾ ਕਰਦੇ ਹਾਂ ਆਪਾਂ, ਅਤੇ ਉਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰਾਂਗਾ ਕਿ 9-11 'ਤੇ ਵੀ ਕੰਮ ਸ਼ੁਰੂ ਕਰ ਦਿੰਦੇ ਹਾਂ। ਇਹਦੀ ਸ਼ੋਅ 'ਤੇ ਬਲੇਡ ਕੱਸਦੇ ਹਾਂ, ਅੱਜ ਮੋਟਰ ਫਿਕਸ ਕਰਦੇ ਹਾਂ, ਅਤੇ ਬਾਹਰ ਚਲਾ ਕੇ ਦੇਖਦੇ ਹਾਂ, ਨਾਲੇ ਕਰਦੇ ਹਾਂ ਇਹਦੀ ਟੈਸਟਿੰਗ, ਵੇਖੀਏ ਬਲੇਡਾਂ ਦਾ ਜਲਵਾ ਕੀ ਨਿਆਲ ਕਰਦੇ ਨੇ, ਕੁਛ ਕਰਦੇ ਵੀ ਹੈ ਕਿ ਨਹੀਂ। ਲਓ ਵੀ ਮੁੰਡਿਓ, ਆਪਾਂ ਸੁਪਰ ਸੀਡਰ 'ਤੇ ਕੰਮ ਸ਼ੁਰੂ ਕਰਤਾ ਸੀਗਾ ਜੰਗੀ ਪੱਧਰ 'ਤੇ, ਅਤੇ ਸ਼ੂਟਿੰਗ ਵਾਲਾ ਕੰਮ ਵੀ ਸਾਰਾ ਡਨ ਕਰਤਾ ਸੀਗਾ। ਅਤੇ ਵੈਸੇ ਤਾਂ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਸਾਰੇ ਕੰਮ 'ਚ, ਅਤੇ ਮੈਂ ਵਲੌਗ ਵੀ ਥੋੜ੍ਹਾ ਜਿਹਾ ਲੇਟ ਹੀ ਕੰਟੀਨਿਊ ਕਰਨ ਆ। ਬਲੇਡ ਵਾਲਾ ਜਿਹੜਾ ਕੰਮ ਹੈ ਸਾਰਾ ਡਨ ਹੋ ਚੁੱਕਿਆ, ਠੀਕ ਹੈ। ਬਲੇਡ ਦੀ ਫਿਟਿੰਗ ਹੋ ਚੁੱਕੀ ਹੈ, ਅਤੇ ਕਿਤੋਂ ਵੀ ਸਲਿੱਪ ਵਗੈਰਾ ਨਹੀਂ ਕਰਦੇ ਪਏ ਬਲੇਡ। ਅਤੇ ਹੁਣ ਇਸ ਤੋਂ ਬਾਅਦ ਆਹ ਜਿਹੜੀ ਮੋਟਰ ਹੈ ਇਹਨੂੰ ਇਹਦੇ 'ਤੇ ਫਿਕਸ ਕਰਨਾ ਇੱਥੇ, ਠੀਕ ਹੈ। ਅਤੇ ਇਹਦਾ ਮੈਂ ਡਿਜ਼ਾਇਨ ਇੱਦਾਂ ਦਾ ਬਣਾਇਆ ਸੀਗਾ ਕਿ ਇਹਦੇ 'ਚ ਨਾ ਕਿਤੇ ਵੀ ਕੋਈ ਆਪਸ਼ਨ ਨਹੀਂ ਸੀ ਦਿੱਤਾ ਮੈਂ ਨਟ ਕੱਸਣ ਵਾਸਤੇ ਆਹ ਫਰੇਮ ਦੇ ਉੱਤੇ, ਅਤੇ ਉਹ ਹੁਣ ਦਿੱਕਤ ਆਉਂਦੀ ਸੀ ਇਹਨੂੰ ਫਿਕਸ ਕਰਨ 'ਚ। ਅਤੇ ਬਸ ਇਹਦੇ ਵਾਸਤੇ ਹੀ ਇੱਥੇ ਇੱਕ ਪਾਰਟ ਮੈਂ ਡਿਜ਼ਾਇਨ ਕਰਨ ਦਿਆ ਸੀਗਾ, ਡਿਜ਼ਾਇਨ ਹੋ ਗਿਆ ਹੈ, ਅਤੇ ਹੁਣ ਪ੍ਰਿੰਟ ਕਰਨਾ ਲਾਵਾਂਗੇ, ਠੀਕ ਹੈ। ਆਹ ਵੇਖੋ, ਆਹ ਜਿਹੜੀ ਪਲੇਟ ਜੀ ਹੈ ਜਿਹਦੇ ਉੱਤੇ 3 ਨਟ ਕੱਸੇ ਜਾਣਗੇ ਮੋਟਰ ਨੂੰ ਇਹਦੀ ਬੋਡੀ ਨਾਲ ਫਿਕਸ ਕਰਨ ਵਾਸਤੇ, ਠੀਕ ਹੈ। ਅਤੇ ਬਸ ਇਹਦੇ 'ਤੇ ਕੰਮ ਕਰਦੇ ਹਾਂ। ਕੰਮ ਮਤਲਬ ਵੀ ਬਸ ਪ੍ਰਿੰਟ ਕਰਨਾ ਲਾਉਣਾ ਆਪਣੇ ਉਹ ਪ੍ਰਿੰਟਰ 'ਚ ਆ ਜਾ, ਵੀ ਅੱਗੇ ਮੈਨੂੰ ਲੱਗਦਾ ਅੱਜ 4-5 ਦਿਨਾਂ ਬਾਅਦ ਪ੍ਰਿੰਟਰ ਚੱਲਣ ਲੱਗਾ, ਅਤੇ ਛੇਤੀ ਛੇਤੀ ਆ ਪਾਰਟ ਪ੍ਰਿੰਟ ਕਰਦੇ ਹਾਂ। ਲਓ ਵੀ ਮੁੰਡਿਓ, ਪਹਿਲਾਂ ਦੇ ਟਾਈਮ ਚੈੱਕ ਕਰੋ, 4 ਵੱਜ ਗਿਆ, ਅਤੇ ਹੁਣ ਚੈੱਕ ਕਰੋ ਤੁਸੀਂ ਇੱਧਰ ਆਪਣਾ ਸੁਪਰ ਸੀਡਰ ਜਿਹੜਾ ਕਿ ਬਿਲਕੁਲ ਓਕੇ ਆ, ਠੀਕ ਹੈ। ਆਟੋਮੈਟਿਕ ਚੱਲਣ ਵਾਸਤੇ ਪਿੱਛੇ ਨੂੰ ਨਹੀਂ ਚੱਲਦਾ, ਬਸ ਇਹ ਡਿੱਗ ਪੈਂਦਾ ਪਿੱਛੇ ਨੂੰ ਚੱਲਦਾ ਚੱਲਦਾ ਇੱਦਾਂ, ਠੀਕ ਹੈ। ਪਰ ਅੱਗੇ ਨੂੰ ਭੱਜਿਆ ਫਿਰਦਾ ਬਿਨਾਂ ਟਰੈਕਟਰ ਤੋਂ ਹੀ ਸੁਪਰ ਸੀਡਰ ਆਪਣਾ ਚੱਲਦਾ, ਸਮਾਰਟ ਸੁਪਰ ਸੀਡਰ ਜਾਦੂ। ਸੁਪਰ ਸੀਡਰ 'ਚ ਕਿਸੇ ਦੀ ਆਤਮਾ ਆ ਗਈ ਹੈ, ਬਿਨਾਂ ਟਰੈਕਟਰ ਤੋਂ ਭੱਜਿਆ ਫਿਰਦਾ। ਜਮਾਂ ਓਕੇ ਦੀ ਰਿਪੋਰਟ ਹੈ, ਫਿਟਿੰਗ ਸਾਰੀ ਹੋ ਗਈ ਹੈ, ਮੋਟਰ ਦੀ ਫਿਟਿੰਗ ਹੋ ਗਈ ਹੈ, ਅਤੇ ਬਾਕੀ ਇੱਥੇ ਆ ਵੇਖੋ ਬਲੇਡਾਂ ਦੀ ਸੈਟਿੰਗ ਕਿੱਦਾਂ ਆ। ਦੇਖ ਲਓ, ਮੈਂ ਬੈਸਟ ਪਰਫੋਰਮੈਂਸ ਵਾਸਤੇ ਇੱਦਾਂ ਦੀ ਸੈਟਿੰਗ ਕੀਤੀ ਹੈ ਕਿ ਕਟਰ ਜਿਹੜੇ ਆ ਉਹ ਬਿਲਕੁਲ ਸਹੀ ਵਰਕ ਕਰਨ, ਠੀਕ ਹੈ। ਵੀ ਸਾਰੇ ਕਟਰਾਂ 'ਤੇ ਨਾ ਇੱਕੋ ਦਮ ਲੋਡ ਨਾ ਆਵੇ, ਇੱਦਾਂ ਕਟਰ ਤਾਂ ਲਾਏ ਜਾਂਦੇ ਨੇ ਵੀ ਜਿਵੇਂ ਪਹਿਲਾਂ ਆਹ ਕਟਰ ਕੱਟੂਗਾ ਫਿਰ ਆ ਫਿਰ ਆ ਫਿਰ ਆ, ਵੀ ਇਸ ਤਰੀਕੇ ਨਾਲ ਸਾਰਿਆਂ ਕਟਰਾਂ 'ਤੇ ਵਾਰੀ ਸਿਰ ਲੋਡ ਆਵੇ ਅਤੇ ਮਿੱਟੀ ਵਧੀਆ ਬਰੀਕ ਹੋਵੇ। ਅਤੇ ਆਹ ਰਿਮੋਟ ਦੇ ਵਿੱਚ 12 ਵੋਲਟ ਦੀ ਬੈਟਰੀ ਯੂਜ਼ ਕੀਤੀ ਹੈ, ਅਤੇ 12 ਵੋਲਟ 'ਤੇ ਇਹਦੀ ਟੋਪ RPM ਕਿੰਨੀ ਹੈ ਉਹ ਤੁਹਾਨੂੰ ਮੈਂ ਵਿਖਾ ਦਿੰਦਾ। ਵੈਸੇ ਸ਼ਾਇਦ ਮੈਂ ਪਹਿਲਾਂ ਵਿਖਾਇਆ ਹੋਇਆ ਪਰ ਬਲੇਡ ਦੇ ਨਾਲ ਪਹਿਲੀ ਵਾਰੀ ਵਿਖਾਉਂਦੇ ਹਾਂ। ਆਹ ਦੇਖ ਲਓ, ਇੰਨੀ ਸਪੀਡ ਹੈ ਇਹਦੀ, ਠੀਕ ਹੈ। ਇੱਥੇ ਵੇਖਣ 'ਚ ਤਾਂ ਸਪੀਡ ਇੰਨੀ ਜ਼ਿਆਦਾ ਨਹੀਂ ਲੱਗਣ ਦੀ, ਆਪਾਂ ਨੂੰ ਘੱਟ ਜਿਹੀ ਲੱਗਣ ਦੀ ਹੈ। ਜਿਸ ਸਪੀਡ 'ਤੇ ਸੁਪਰ ਸੀਡਰ ਵਧੀਆ ਚੱਲ ਪਿਆ ਨਾ, ਅਤੇ ਆਪਾਂ ਸੇਮ ਹੀ ਰੱਖਾਂਗੇ, ਗੇਅਰਬੋਕਸ ਚੇਂਜ ਵਗੈਰਾ ਕੁਛ ਨਹੀਂ ਕਰਦੇ, ਠੀਕ ਹੈ। ਇੱਦਾਂ ਹੀ ਇਹਦੇ 'ਤੇ ਅੱਗੇ ਕੰਮ ਕੰਟੀਨਿਊ ਕਰ ਦਾਂਗੇ। ਅਤੇ ਬਾਕੀ ਇਹਦੇ ਵਾਸਤੇ ਆਪਾਂ ਨੂੰ ਟਰੈਕਟਰ ਚਾਹੀਦਾ ਜਿਹਦੀ RPM ਬਿਲਕੁਲ ਘੱਟ ਹੋਵੇ, ਠੀਕ ਹੈ। ਯਾਨੀ ਬਿਲਕੁਲ ਸਲੋ ਟਰੈਕਟਰ ਚਾਹੀਦਾ, ਬਹੁਤ ਸਲੋ RPM ਵਾਲਾ। ਅਤੇ ਇੱਦਾਂ ਦਾ ਵੈਸੇ ਤਾਂ ਕੋਈ ਟਰੈਕਟਰ ਹੈ ਨਹੀਂ ਆਪਣੇ ਕੋਲ, ਇੱਕ ਹਿੰਦੁਸਤਾਨ ਹੈ ਆਹ ਜਿਹੜਾ, ਅਤੇ ਇਹਦੇ 'ਚ ਲਿੰਕਾਂ ਵਗੈਰਾ ਹੈ ਨਹੀਂ ਹੈ, ਸੁਪਰ ਸੀਡਰ ਚਲਾ ਨਹੀਂ ਸਕਦਾ। ਅਤੇ ਆਪਾਂ ਸੁਪਰ ਸੀਡਰ ਹੋਲੈਂਡ ਵਿੱਚ ਪਾ ਕੇ ਦੇਖਦੇ ਹਾਂ, ਇਹਦੀ ਲੋ ਸਪੀਡ ਜਿੰਨੀ ਕੁ ਵੀ ਹੈਗੀ ਹੈ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਵਧੀਆ ਵਰਕ ਕਰੂਗਾ, ਠੀਕ ਹੈ। ਇਹਦੀ ਲੋ ਸਪੀਡ ਦੇਖ ਲੈਂਦੇ ਹਾਂ ਨਾਲੇ ਆਪਾਂ, ਨਾਲੇ ਤੁਹਾਨੂੰ ਮੈਂ ਦਿਖਾ ਦੇਣਾ ਕਿ ਬਿਨਾਂ ਲੋਡ ਤੋਂ ਇਹਦੀ ਲੋ ਸਪੀਡ ਕਿੰਨੀ ਹੈ ਟਰੈਕਟਰ ਦੀ, ਠੀਕ ਹੈ। ਲੋ ਸਪੀਡ ਇਹਦੀ ਹੈ ਆਹ, ਠੀਕ ਹੈ, ਆਹ ਟਰੈਕਟਰ ਦੀ ਲੋ ਸਪੀਡ ਹੈ। ਅਤੇ ਇਹਦੇ ਵਿੱਚ ਐਵੇਂ ਦਾ ਆਪਸ਼ਨ ਹੈਗਾ ਕਿ ਆਪਾਂ ਇਹਨੂੰ ਆਟੋ 'ਤੇ ਵੀ ਲਾ ਸਕਦੇ ਹਾਂ, ਰਿਵਰਸ 'ਚ ਨਹੀਂ ਫਰੰਟ 'ਚ। ਆਹ ਦੇਖ ਲਓ, ਆ ਰਿਮੋਟ ਛੱਡਤਾ ਮੈਂ, ਟਰੈਕਟਰ ਨੂੰ ਲਾਤਾ ਆਟੋ ਸਪੀਡ 'ਤੇ, ਹਾਂਜੀ। ਸਭ ਨਾਲੋਂ ਲੋ ਸਪੀਡ ਹੈ, ਬਾਰੀ ਬੰਦ ਕਰੀਏ, ਹਵਾ ਬੜੀ ਆਉਣ ਦੀ ਬਾਅਦ ਠੰਡੀ ਹਵਾ ਵਗਣ ਦੀ ਹੈ। ਦੇਖ ਲਓ, ਆਹ ਟਰੈਕਟਰ ਦੀ ਲੋ ਸਪੀਡ ਹੈ, ਠੀਕ ਹੈ। ਇਹ ਬਿਨਾਂ ਲੋਡ ਤੋਂ ਹੈ ਲੋ ਸਪੀਡ, ਜੇ ਮੈਂ ਲੋਡ ਪਾਉਂਦਾ ਵਾਂ ਤਾਂ ਟਰੈਕਟਰ ਦੱਬ ਜਾਂਦਾ, ਠੀਕ ਹੈ। ਯਾਨੀ ਕਿ ਥੋੜ੍ਹੀ ਜਿਹੀ ਸਪੀਡ ਹੈ ਉਦੋਂ ਵੀ ਵਧਾਉਣੀ ਪਊਗੀ ਉਹ। ਚਲੋ ਆਪਾਂ ਕੋਈ ਨਹੀਂ, ਰਿਮੋਟ 'ਤੇ ਕਰ ਲਾਂਗੇ ਜਦੋਂ ਸੁਪਰ ਸੀਡਰ 'ਤੇ ਚੱਲੂਗਾ ਟਰੈਕਟਰ, ਠੀਕ ਹੈ। ਆਹ ਇੱਕ ਨਵਾਂ ਫੰਕਸ਼ਨ ਰਿਮੋਟ ਦਾ ਤੁਹਾਨੂੰ ਮੈਂ ਦੱਸਿਆ, ਨਵਾਂ ਤਾਂ ਨਹੀਂ, ਫੰਕਸ਼ਨ ਪੁਰਾਣਾ ਹੀ ਹੈ ਪਰ ਮੈਂ ਜ਼ਿਆਦਾ ਕਦੇ ਵਿਖਾਇਆ ਨਹੀਂ। ਇਹ ਜਮਾਂ ਓਕੇ ਦੀ ਰਿਪੋਰਟ ਹੈ, ਇਹਨੂੰ ਕਰਦੀ ਹੁਣ ਸੈੱਟ, ਜਮਾਂ ਸੈੱਟ ਹੈ।
पावर ऑफ कर दी एक बारी क्योंकि फिलहाल मैं रील नहीं शूट कर दिया ना ही टेस्टिंग कर दिया वा। ठीक है ये काम आप करांगे लगभग 5 बजे हजे 4:15 होए ने पहला तो मैं इनका वॉलपेपर चेंज कर दा टाइम ही नहीं वेखदा आप आ गए वापस तो टाइम देख लो 5:55 तो टाइम के हिसाब ना हूँ दिन छेती छिपन लग पाया तो बहर हो गया नेरा पूरा। ठीक है तो पर आप करनी है टेस्टिंग नाले बनानी है रील तो ये काम तो आप करना ही करना इस करके हूँ आप अपना जगाड़ लभदे हैं नाइट शूट वाला तो बहर सैटअप करदा मैं सुपर सीडर हॉलैंड के पिछे मैं पाता इतने। ठीक है तो बहर लैके चलते हैं पहला जो जुगाड़ मैं लभदा वो लभ्या नहीं पिछली बार भी आप शूट करना सीगा लास्ट टाइम मैं याद है तो वह मैं लभ्या नहीं स्टैंड जहा इस करके फिर शूट ही नहीं किया हूँ स्टैंड लभदा वा बहर लाने बल्ब एक तो फिर करते हैं शूट। ठीक है हलो भी मुंडे लाइट तो हो गया बंदोबस्त तुम आप हिसाब ला लो जो मैं हूँ इदा टेस्टिंग करता तो क्वालिटी किमें की आनी सी। ठीक है पर आप हूँ दो बटन पाए कट्ठे। ठीक है हूँ वेख्यो लो भी हो गया दिन ओके की रिपोर्ट है आ भी जगन दिया आ भी जगन दिया जमा ओके आ लैके आने अपना सुपर सीडर लो भी आ गया अपना हॉलैंड छोटा लैके सुपर सीडर 8 फुटा 8 फुटा तो नहीं जो ट्रैक्टर का हिसाब किताब लाइए ना ट्रैक्टर के हिसाब ना रूटावेटर सुपर सीडर 9 फुटा लगता है इस करके आप 9 फुटा मान के चलेंगे। ठीक है तो बस ओके की रिपोर्ट है सुपर सीडर वधिया चक्या जा रहा है जमा ओके आ मौके पर ना इन वेट नहीं मैं पाया कोई भी बिना वेट तो चलाने उदो बाद फिर अगे देखा वेट पाना है कि नहीं वैसे भी जो मैं लगता वेट रखना पेगा सुपर सीडर नहीं तो ए जंप मारूगा है बाकी चलो देख लें टैसटिंग इस चीज़ की करनी हो टैसटिंग करनी किस चीज़ की आप हमने खींचन दिया तो इन मैं डायरैक्ट नहीं चला जिदा पावर ऑन करती बस फुल स्पीड से चलूगा इदा कंट्रोल करके कंट्रोलर न। ठीक है फिर इन चलाने हौली हौली पता लगेगा कि कटर किमें चलता पाया मिट्टी किन्नी को पट्टा पाया फिर सारा आइडिया हो जूगा आपां नूं। ठीक है बस ये देखना है कि कटर सीधे गहन घूमते हैं हाँ इधर नूं ही घूमते हैं आपां हुण इह करिए लिफ्ट सुट दीए पूरी थले ना सुटीए थोड़ी थले सुटते हैं। ठीक है तो ट्रैक्टर नूं लाउने ऑटो ते ऑटो मोड ते मतलब ऑटो ते नहीं ऑटो मोड ते देखते हैं फिर मेरा आइडिया जितों तक जितों का मैं लगता पाया कि वेट भी रखना पैना इन उत्ते चलो ऐतकी एक बार पूरा सुपर सीडर थले सुट के फिर देखते हैं की सीन है। ठीक है असल जहाँ मैं स्टैंड लेना चाहिए फोन का क्योंकि ना ऑटो मोड तो ट्रैक्टर सू तो ऑन नहीं दिया बाकी चलो देख लें करके आप सिस्टम थोड़ा जहा सिस्टम है अच्छा। ठीक है एक तो इनकी निकल गई है टॉप लिंक वाली हुक। ठीक है टॉप लिंक निकल गई है दूजा वो ही सीन जिदा तुम मैं क्या सीगा कि सुपर सीडर से वेट रखना पैना नहीं तो सुपर सीडर इदा जंप मारन लग पूगा। ठीक है वही सीन होया सुपर सीडर मार लग पाया जंप तो हूँ मैं ना टॉप लिंक पाँना पैना तो इनकी जिहड़ी कि पानी बहुत ज़्यादा औखी है क्योंकि इतने जगह है नहीं अंदर हाथ पा के उत्थे पिन पाउण दी ट्रैक्टर मैं अंदर लैके जाऊँगा टॉप लिंक पाऊँगा वेट रखूँगा। ठीक है तो उस तो बाद फिर टैसटिंग करते हैं आप लो भी मुंडियो आ देखो इतने लैन पंगे जो भी प्रॉब्लम से सॉल्व करती सी तो उस बाद मैं उत्ते रखा वेट। ठीक है वेट रखन तो बाद हूँ मैं चैक कर लिया वा इतने इनू चला के एक तो थां बहुत पक्का है जिंद चला वैसे प्लैन से इन्हें चला मैं क्या चल इन जो रील बनावेंगे ना उदो चला लाँगे तो हूँ इन चलाने ये पानी पा पा के आप पक्का किया होया तो इन उत्ते इदा की परफॉर्मेंस है इनकी सुपर सीडर कंबन वेखो कि हालांकि इन्ना वजन है इन उत्ते वजन काफ़ी है वैसे पर फिर भी एक तो वाइब्रेशन बहुत है वो तो चलो होगी क्योंकि थां पक्का है। ठीक है तो लिफ्ट हूँ इनकी मैं चक नहीं सकता। ठीक है लिफ्ट क्यों नहीं चक सकता क्योंकि अगों मूँह चक लेंदा वो देखो इधर देखो अगों मूँह चक लिया ना इन्हें आ भी इनकी थोड़ी जी सैटिंग करने वाली है जिहड़ा चकींदा घट है यानी जिहड़ियां इनकी लिंक ने ना उन्होंने भी थोड़ी जी सैटिंग करने वाली है
ਲਿੰਕਾਂ ਵੀ ਇਹਦੀਆਂ ਸਹੀ ਕਰਨੀਆਂ ਪੈਣੀਆਂ ਨੇ ਕਿਉਂਕਿ ਆਪਣੇ ਹੋਲੈਂਡ ਦੀ ਲਿਫਟ ਕਪੈਸਿਟੀ ਤਾਂ ਬਹੁਤ ਹੈ, ਨਾਲੇ ਲਿਫਟ ਉੱਚੀ ਵੀ ਬਹੁਤ ਤੁਰ ਜਾਂਦੀ ਹੈ, ਪਰ ਇਹਦੀਆਂ ਲਿੰਕਾਂ ਇੱਦਾਂ ਦੀਆਂ ਨੇ ਵੀ ਪ੍ਰੋਪਰ ਚਕਿੰਦਾ ਨਹੀਂ ਸੁਪਰ ਸੀਟਰ। ਥੋੜ੍ਹੀ ਜਿਹੀ ਆਟੋ ਵਾਲੀ ਸਾਰੀ ਮੇਨ ਪ੍ਰੋਬਲਮ ਆਉਣ ਦੀ ਹੈ। ਸਾਨੂੰ ਵੱਡੀ ਪ੍ਰੋਬਲਮ ਆ ਆਉਂਦੀ ਟੈਸਟਿੰਗ ਕਰਨ 'ਚ, ਅਤੇ ਇਹਦਾ ਇੱਕ ਹੀ ਹੱਲ ਹੈ ਕਿ ਆਹ ਕੰਟਰੋਲਰ ਲਾ ਕੇ ਨਾ ਆਪਾਂ ਨੂੰ ਇਹਦੀ ਜਗ੍ਹਾ 'ਤੇ ਉਹ ਲਾਉਣੀ ਪੈਣੀ ਹੈ ਬੈਟਰੀ, ਪੱਕੀ ਬੈਟਰੀ ਵਿੱਚ ਰੱਖ ਕੇ ਉਹ ਫਿਰ ਫੁੱਲ ਚੱਲੂਗੀ। ਠੀਕ ਹੈ, ਅਤੇ ਲਓ ਵੀ ਮੁੰਡੇ ਸੀਨ ਇੱਦਾਂ ਇੱਕ ਰੀਲ ਅਪਲੋਡ ਕਰਤੀ ਹੈ, ਵੈਸੇ ਸਾਰਿਆਂ ਨੇ ਵੇਖ ਲਈ ਹੋਊਗੀ, ਜੇ ਨਹੀਂ ਵੇਖੀ ਤਾਂ ਜਾ ਕੇ ਦੇਖ ਲਿਓ ਇੰਸਟਾਗ੍ਰਾਮ 'ਤੇ ਮਿਸਟਰ ਪੇਂਡੂ ਜੱਟ ਓਫੀਸ਼ੀਅਲੀ। ਅਤੇ ਇੱਕ ਕਾਂਡ ਹੋ ਗਿਆ, ਉਹ ਵੀ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ, ਜਾਂ ਥੰਬਨੇਲ ਵੇਖ ਲਿਆਉਣਾ, ਜਾਂ ਚਲੋ ਅੱਗੇ ਮੈਂ ਦੱਸ ਦਾਂਗਾ। ਫਿਲਹਾਲ ਥੋੜ੍ਹਾ ਜਿਹਾ ਆਪਾਂ ਸੁਪਰ ਸੀਡਰ ਵਲੌਗ 'ਚ ਵੀ ਚਲਾ ਕੇ ਵਿਖਾ ਦਈਏ। ਠੀਕ ਹੈ, ਹਜੇ ਕਾਫੀ ਕਮੀਆਂ ਨੇ ਇਹਦੇ ਵਿੱਚ, ਬੜਾ ਸੁਧਾਰ ਹੋਣਾ ਹਜੇ, ਬਾਕੀ ਚਲੋ ਜਿਵੇਂ ਜਿਵੇਂ ਟੈਸਟਿੰਗ ਕਰਾਂਗੇ ਉਵੇਂ ਉਵੇਂ ਪਤਾ ਲੱਗੂਗਾ ਕੀ ਕੀ ਕਮੀਆਂ ਨੇ। ਠੀਕ ਹੈ, ਮਿੱਟੀ ਵੇਖੋ ਭਰਦਾ, ਫ੍ਰੀ ਹੋ ਗਿਆ ਟਰੈਕਟਰ, ਜਿਵੇਂ ਹੀ ਮੌਕੇ 'ਤੇ ਆਹ ਸੀਨ ਹੋਇਆ ਪਿਆ ਜੇ। ਥੋੜ੍ਹਾ ਜਿਹਾ ਅੱਗੇ ਤੋੜ ਦਈਏ ਆਪਾਂ ਲਿਫਟ ਥੱਲੇ ਸੁੱਟ ਕੇ। ਠੀਕ ਹੈ, ਇੰਨਾ ਕੁ ਬਸ, ਬਾਕੀ ਗੱਲਾਂ ਦੀਆਂ ਗੱਲਾਂ, ਲੈਣਾ ਬਿਲਕੁਲ ਸਹੀ ਮਾਰੀ ਜਾਂਦਾ, ਲੈਣਾ ਪੂਰੀਆਂ ਸੁਪਰ ਸੀਡਰ ਵਾਲੀਆਂ, ਐਂ ਲੱਗਦਾ ਵੀ ਹਾਂ ਸੁਪਰ ਸੀਡਰ ਚੱਲਣ ਦਿਆ। ਆਹ ਲੈਣਾ ਵੇਖ ਕੇ ਤੁਹਾਨੂੰ ਐਂ ਲੱਗਦਾ ਰੋਲਰ ਦੀ ਵੀ ਜ਼ਰੂਰਤ ਨਹੀਂ ਗੀ, ਕਿਉਂਕਿ ਰੋਲਰ ਨੇ ਸਗੋਂ ਪਿੱਛੋਂ ਸਾਰੀਆਂ ਲੈਣਾ ਦੱਬ ਦੇਣੀਆਂ ਨੇ, ਇਸ ਕਰਕੇ ਐਵੇਂ ਹੀ ਸਹੀ ਹੈ ਜ਼ਿਆਦਾ। ਸਗੋਂ ਨਹੀਂ ਰੋਲਰ ਲਾਵਾਂਗੇ, ਵੇਟ ਦੀ ਬਹੁਤ ਜ਼ਰੂਰਤ ਹੈ ਇਹਨੂੰ। ਲਓ ਵੀ ਮੁੰਡਿਓ ਆ ਗਿਆ ਜੇ ਆਪਣਾ ਹੋਲੈਂਡ, ਅਤੇ ਨਾਲੇ ਸੁਪਰ ਸੀਡਰ ਅੰਦਰ, ਅਤੇ ਕਾਂਡ ਕੀ ਹੋਇਆ ਕਿ ਨਿੱਕਾ ਜਿਹਾ ਤੁਹਾਨੂੰ ਮੈਂ ਦੱਸਦਾ ਹੁਣੇ ਕੁ। ਪਹਿਲਾਂ ਤਾਂ ਇਹਨੂੰ ਮੈਂ ਖੋਲਦਾ, ਠੀਕ ਹੈ, ਪਹਿਲਾਂ ਲਿੰਕਾਂ 'ਚੋਂ ਕੱਢਦਾ ਇਹਨੂੰ। ਅਤੇ ਇਹਦਾ ਜਿਹੜਾ ਡਿਜ਼ਾਇਨ ਹੈ ਨਾ ਸੁਪਰ ਸੀਡਰ ਦਾ, ਵੈਸੇ ਤਾਂ ਸਾਰਾ ਠੀਕ ਹੈ, ਪਰ ਆਹ ਜਿਹੜਾ ਮੇਨ ਇਹਦਾ ਹਿੱਸਾ ਜਿਹੜਾ ਲਿੰਕਾਂ 'ਚ ਪੈਣਾ, ਠੀਕ ਹੈ, ਆਹ ਲਿੰਕਾਂ ਵਾਲਾ ਹਿੱਸਾ ਪਲੱਸ ਆਹ ਟੋਪ ਲਿੰਕ ਵਾਲਾ ਹਿੱਸਾ, ਇਹ ਥੋੜ੍ਹਾ ਜਿਹਾ ਕਮਜ਼ੋਰ ਮੇਰੇ ਤੋਂ ਡਿਜ਼ਾਇਨ ਹੋ ਗਿਆ, ਕਿਉਂਕਿ ਮੈਨੂੰ ਆਈਡੀਆ ਨਹੀਂ ਸੀ ਕਿ ਇਹਦੇ 'ਤੇ ਇੰਨਾ ਵੇਟ ਰੱਖਣਾ ਪਊਗਾ। ਠੀਕ ਹੈ, ਜਦੋਂ ਮੈਂ ਇਹਦੇ 'ਤੇ ਫੁੱਲ ਵੇਟ ਰੱਖਿਆ ਉਦੋਂ ਆਹ ਵੇਟ ਸੀਗਾ ਇੰਨਾ ਪਿਆ ਹੋਇਆ, ਪਲੱਸ ਆਹ ਵੇਟ ਸੀਗਾ ਇੰਨਾ। ਠੀਕ ਹੈ, ਇਹ ਲਗਭਗ ਮੰਨ ਕੇ ਚਲੋ ਤੁਸੀਂ ਅੱਧਾ ਕਿਲੋ ਤਾਂ ਹੋਊਗਾ ਹੀ, ਆਰਾਮ ਨਾਲ ਹੋਊਗਾ ਮੇਰੇ ਹਿਸਾਬ ਨਾਲ, ਬਾਕੀ ਅੱਧਾ ਕਿਲੋ ਤੋਂ ਥੋੜ੍ਹਾ ਜਿਹਾ ਸਾਦਾ ਘੱਟ ਹੋ ਜੇ। ਅਤੇ ਇੰਨਾ ਵੇਟ ਪਾ ਕੇ ਮੈਂ ਇੱਥੋਂ ਚੱਕਿਆ ਟਰੈਕਟਰ ਨੂੰ ਇੱਦਾਂ ਤਾਂ ਨੂੰ, ਠੀਕ ਹੈ, ਹਾਂ ਵੀ ਲਾ ਦਈਏ ਵੇਟ, ਵੀ ਇੱਦਾਂ ਤਾਂ ਚੱਕਿਆ ਸੁਪਰ ਸੀਡਰ ਦੇ ਨਾਲ ਹੀ। ਠੀਕ ਹੈ, ਜਦੋਂ ਤਾਂ ਚੱਕਿਆ ਮੈਂ ਅਤੇ ਉਦੋਂ ਆਹ ਸੀਨ ਹੋ ਗਿਆ, ਆਹ ਦੇਖੋ ਆਹ ਜਿਹੜਾ ਉਤਲਾ ਪਾਰਟ ਹੈ ਇਹਦਾ ਮੇਨ ਜਿੱਥੇ ਟੋਪ ਲਿੰਕ ਪੈਂਦੀ ਹੈ, ਇਹ ਪਾਰਟ ਇੱਥੋਂ ਟੁੱਟ ਗਿਆ ਕੜੱਚ ਕਰਕੇ, ਯਾਨੀ ਕਿ ਇਹ ਪਾਰਟ ਇੱਥੋਂ ਕਮਜ਼ੋਰ ਸੀਗਾ ਥੋੜ੍ਹਾ ਜਿਹਾ। ਸੁਪਰ ਸੀਡਰ 'ਚ ਨਾ ਆਪਣੇ 'ਚ ਨਿੱਕੀਆਂ ਨਿੱਕੀਆਂ ਕਾਫੀ ਹਜੇ ਕਮੀਆਂ ਹੈਗੀਆਂ ਨੇ, ਉਹ ਆਪਾਂ ਹੌਲੀ ਹੌਲੀ ਇੰਪਰੂਵ ਕਰਾਂਗੇ। ਠੀਕ ਹੈ, ਯਾਨੀ ਕਿ ਅਗਲੇ ਮੇਰੀ ਕੋਸ਼ਿਸ਼ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿੰਨੀਆਂ ਕਮੀਆਂ ਸਾਰੀਆਂ ਕਰਕੇ ਰਿਪੇਅਰ ਟੈਸਟਿੰਗ ਕਰਕੇ ਪ੍ਰੋਪਰ ਇਹਦੀ ਪੇਂਟ ਵਗੈਰਾ ਕਰਕੇ ਇਹਨੂੰ ਡਨ ਕਰਦਾ। ਠੀਕ ਹੈ, ਕੋਸ਼ਿਸ਼ ਮੇਰੀ ਇਹੀ ਰਹੂਗੀ, ਬਾਕੀ ਚਲੋ ਅੱਗੇ ਪਤਾ ਲੱਗ ਜੂ ਤੁਹਾਨੂੰ ਕੀ ਬਣਦਾ ਕਿਵੇਂ ਬਣਦਾ। ਫਿਲਹਾਲ ਹੁਣ ਮੈਂ ਨਾ ਅੱਧਾ ਘੰਟਾ ਤਾਂ ਕਰਦਾ ਡਿਜ਼ਾਇਨ ਵਾਲਾ ਕੰਮ ਸੁਪਰ ਸੀਡਰ ਦੇ, ਵੀ ਜਿਹੜਾ ਆਹ ਪੋਰਸ਼ਨ ਹੈ ਇਹ ਵੀ ਸਾਰਾ ਰੀਡਿਜ਼ਾਇਨ ਕਰਨਾ ਪੈਣਾ, ਇਹ ਕਰਦਾ ਵਾਂ, ਅਤੇ 9-11 ਦੀ ਪੁਰਾਣੀ ਫਾਈਲ ਦੇਖਦਾ ਉਹ ਲੱਭਦਾ, ਫਿਰ ਉਹਦੇ 'ਤੇ ਵੀ ਕੰਮ ਕਰਨਾ ਆਪਾਂ। ਅੱਜ ਦਾ ਆਹ ਵਲੋਗ ਫਿਰ ਆਪਾਂ ਕਰਦੇ ਹਾਂ ਇੱਥੇ ਐਂਡ, ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਅਤੇ ਬਾਕੀ ਸੁਪਰ ਸੀਡਰ ਦੀ ਪੂਰੀ ਪਰਫੋਰਮੈਂਸ ਤਾਂ ਅੱਜ ਦੇ ਵਲੋਗ 'ਚ ਤੁਹਾਨੂੰ ਵੇਖਣ ਨੂੰ ਨਹੀਂ ਮਿਲੀ, ਟੈਸਟਿੰਗ ਵੀ ਠੀਕ ਠਾਕ ਜੀ ਆਪਾਂ ਕਰ ਲਈ ਹੈ, ਅਤੇ ਬਾਕੀ ਤੁਸੀਂ ਕਮੈਂਟ ਕਰਿਓ ਹੁਣ ਤੱਕ ਸੁਪਰ ਸੀਡਰ ਤੁਹਾਨੂੰ ਕਿੱਦਾਂ ਦਾ ਲੱਗਣ ਦਿਆ, ਪਰਫੋਰਮੈਂਸ ਕਿਵੇਂ ਦੀ ਇਹਦੀ। ਠੀਕ ਹੈ, ਬਾਕੀ ਅੱਗੇ ਆਪਾਂ ਕਰ ਲਾਂਗੇ ਕੰਮ, ਇਹਦੇ 'ਤੇ ਕੋਈ ਚੱਕਰ ਨਹੀਂ, ਜਿਹੜੀਆਂ ਪ੍ਰੋਬਲਮ ਹੈ ਸਾਰੀਆਂ ਸੋਲਵ ਕਰ ਲਾਂਗੇ ਆਪਾਂ, ਅਤੇ ਓਕੇ ਜੀ, ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਆ ਬਸ ਸਵੇਰੇ ਨਵੇਂ ਵਲੋਗ 'ਚ, ਓਕੇ ਬਾਏ, ਟਾਟਾ।